2022 ਦੀਆਂ ਚੋਣਾਂ ਦਾ ਸਮਾਂ ਨਜ਼ਦੀਕ ਆਉਣ ਦੇ ਉੱਤੇ ਇੱਕ ਵਾਰ ਫਿਰ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਜ਼ੋਰਾਂ ਸ਼ੋਰਾਂ ਦੇ ਨਾਲ ਉੱਠ ਰਿਹਾ ਹੈ, ਜਿਸ ਦੇ ਚੱਲਦੇ ਸਮੂਹ ਸਿੱਖ ਜਥੇਬੰਦੀਆਂ ਦੇ ਵੱਲੋਂ ਅੰਮ੍ਰਿਤਸਰ ਦੇ ਨਿੱਜੀ ਹੋਟਲ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ 11 ਜਨਵਰੀ ਨੂੰ ਇੱਕ ਰੋਸ ਮਾਰਚ ਕੱਢਿਆ ਜਾਵੇਗਾ ਜੋ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੱਕ ਜਾਵੇਗਾ ਅਤੇ ਗਵਰਨਰ ਹਾਊਸ ਦੇ ਵਿੱਚ ਇੱਕ ਮੰਗ ਪੱਤਰ ਦਿੱਤਾ ਜਾਵੇਗਾ ਜੋ ਰਾਸ਼ਟਰਪਤੀ ਤੱਕ ਪਹੁੰਚਾਇਆ ਜਾਵੇਗਾ ਅਤੇ ਜਲਦ ਹੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਜਾਵੇਗੀ। ਇਸ ਦੌਰਾਨ ਪੱਤਰਕਾਰਾਂ ਨੂੰ ਹੋਰ ਜਾਣਕਾਰੀ ਦਿੰਦਿਆਂ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਸਪੋਕਸਪਰਸਨ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਬੰਦੀ ਸਿੰਘਾਂ ਦੇ ਵਿੱਚੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਲਈ ਸਾਰੀਆਂ ਅਰਜ਼ੀਆਂ ਮਨਜ਼ੂਰ ਹੋ ਗਈਆਂ ਹਨ। ਸਿਰਫ ਦਿੱਲੀ ਸਰਕਾਰ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਸਤਖਤ ਹੋਣੇ ਬਾਕੀ ਹਨ। ਉਹਨਾਂ ਨੇ ਕਿਹਾ ਹੈ ਕਿ ਅਗਰ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵੋਟਾਂ ਲੈਣ ਜਾਂਦੀ ਹੈ ਤਾਂ ਤੁਰੰਤ ਹੀ ਅਰਵਿੰਦ ਕੇਜਰੀਵਾਲ ਨੂੰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਾਸਤੇ ਦਸਤਖਤ ਕਰ ਦੇਣੇ ਚਾਹੀਦੇ ਹਨ ਅਤੇ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜਦੋਂ ਵੀ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਤੁਹਾਡੇ ਕੋਲ ਵੋਟਾਂ ਮੰਗਣ ਵਾਸਤੇ ਆਉਂਦੇ ਹਨ ਤਾਂ ਉਹਨਾਂ ਨੂੰ ਇਹ ਜ਼ਰੂਰ ਪੁੱਛੋ ਕਿ ਪਹਿਲਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਾਸਤੇ ਦਸਤਖਤ ਕਿਉਂ ਨਹੀਂ ਕੀਤੇ ਜਾ ਰਹੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਹੁਣ ਰਾਜਨੀਤਿਕ ਪਾਰਟੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਵੇਰਵਾ ਪਾਉਣ। ਅਗਰ ਉਹਨਾਂ ਦੀ ਸਰਕਾਰ ਪੰਜਾਬ ਵਿੱਚ ਆਉਂਦੀ ਹੈ ਤਾਂ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਜ਼ਰੂਰ ਕਦਮ ਚੁੱਕਣਗੇ। ਉਹਨਾਂ ਨੇ ਕਿਹਾ ਹੈ ਕਿ 11 ਮਾਰਚ ਨੂੰ ਕੀਤੇ ਜਾ ਰਹੇ ਰੋਸ ਮਾਰਚ ਦੇ ਵਿੱਚ ਜਿੱਥੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਜਾਵੇਗਾ ਉੱਥੇ ਹੀ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਅਰਦਾਸ ਕੀਤੀ ਜਾਵੇਗੀ ਅਤੇ ਉੱਥੇ ਹੀ ਕੇਂਦਰ ਸਰਕਾਰ ਦੇ ਅੱਗੇ ਵੀ ਅਪੀਲ ਕੀਤੀ ਜਾਵੇਗੀ ਕਿ ਜਲਦ ਤੋਂ ਜਲਦ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ ਕਿਉਂਕਿ ਸਾਰੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ। ਐਲਾਨ ਕਰ ਰਹੇ ਹਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸਮੂਹ ਪੰਥਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਅਸੀਂ 11 ਜਨਵਰੀ ਨੂੰ ਗੁਰਦੁਆਰਾ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੋਂ 1 ਮਾਰਚ ਰਿਹਾਈ ਮਾਰਚ ਦੇ ਰੂਪ ਦੇ ਵਿੱਚ ਕੱਢ ਰਹੇ ਹਾਂ ਔਰ ਇਹ ਮਾਰਚ ਜਿਹੜਾ ਹੈ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੱਕ ਵਾਇਆ ਕੁਰਾਲੀ ਹੁੰਦਾ ਹੋਇਆ ਪਹੁੰਚੇਗਾ। ਸਵੇਰੇ 10 ਵਜੇ ਦਾ ਸਮਾਂ ਦਿੱਤਾ ਗਿਆ ਹੈ। ਸਮੂਹ ਸੰਗਤਾਂ ਨੂੰ ਇਹ ਪੰਥਕ ਜਥੇਬੰਦੀਆਂ ਅੱਜ ਅਪੀਲ ਕਰ ਰਹੀਆਂ ਨੇ ਕਿ ਉਹ ਆਪਣੇ ਆਪਣੇ ਸਾਧਨਾਂ ਦੇ ਰਾਹੀਂ ਸਕੂਟਰ ਮੋਟਰਸਾਈਕਲ ਟਰੈਕਟਰ ਕਾਰਾਂ ਦੇ ਰਾਹੀਂ ਇਸ ਰਿਹਾਈ ਮਾਰਚ ਦੇ ਵਿੱਚ ਸ਼ਾਮਿਲ ਹੋਣ। ਇਹ ਬੰਦੀ ਸਿੰਘ ਜਿਹੜੇ ਨੇ ਇਹ ਕੌਮ ਦੇ ਉਹ ਲੋਕ ਨੇ, ਕੌਮ ਦੇ ਉਹ ਹੀਰੇ ਨੇ ਜਿਨ੍ਹਾਂ ਨੇ ਕੌਮ ਦੀ ਅਣਕ ਦੀ ਖਾਤਰ ਆਪਣੇ ਆਪ ਨੂੰ ਕੌਮ ਨੂੰ ਸਮਰਪਿਤ ਕੀਤਾ ਅਤੇ ਪੰਜਾਬ ਦੇ ਵਿੱਚ ਸ਼ਾਂਤੀ ਬਹਾਲ ਕੀਤੀ। ਇਹ ਉਹ ਸਮਾਂ ਸੀਗਾ ਜਿਸ ਵੇਲੇ ਕਿ ਰੋਜ਼ਾਨਾ ਅਣਗਿਣਤ ਨੌਜਵਾਨਾਂ ਨੂੰ ਬੇਅੰਤ ਸਿੰਘ ਦੀ ਸਰਕਾਰ ਜਿਹੜੀ ਸੀਗੀ ਉਹ ਇੱਕ ਬੁੱਚੜ ਦੇ ਤੌਰ ਦੇ ਉੱਤੇ ਇਹਨਾਂ ਨੌਜਵਾਨਾਂ ਦਾ ਕਤਲ ਕੀਤਾ ਜਾ ਰਿਹਾ ਸੀਗਾ। ਉਸ ਚੀਜ਼ ਨੂੰ ਠੱਲ ਪਾਉਣ ਵਾਸਤੇ ਸਾਡੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਦੀ ਅਗਵਾਈ ਦੇ ਵਿੱਚ ਸਿੰਘਾਂ ਨੇ ਕੰਮ ਕੀਤਾ, ਸੋਧਾ ਲਾਇਆ ਔਰ ਉਹਨਾਂ ਨੇ ਆਪਣੀ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ ਲੇਕਿਨ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਭਾਈ ਗੁਰਦੀਪ ਸਿੰਘ ਜੀ ਖਹਿੜਾ ਜਿਹੜੇ ਨੇ ਉਹ 31 ਸਾਲ ਤੋਂ ਜੇਲ੍ਹ ਵਿੱਚ ਬੈਠੇ ਨੇ, ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਿਨ੍ਹਾਂ ਦੀ ਕਿ ਉਮਰ ਕੈਦ ਦੀ ਸਜ਼ਾ ਪੂਰੀ ਹੋ ਚੁੱਕੀ ਹੈ, 27 ਸਾਲ ਹੋ ਗਏ ਨੇ, ਉਹਨਾਂ ਦੀਆਂ ਕਾਨੂੰਨੀ ਅੜਚਨਾ ਸਾਰੀਆਂ ਖਤਮ ਹੋ ਚੁੱਕੀਆਂ ਨੇ ਲੇਕਿਨ ਉਹਨਾਂ ਨੂੰ ਕੇਜਰੀਵਾਲ ਸਰਕਾਰ ਰਿਹਾ ਨਹੀਂ ਕਰ ਰਹੀ। ਉਹ ਮੈਂ ਇੱਥੇ ਯਾਦ ਕਰਾਉਣਾ ਚਾਹੁੰਦਾ ਹਾਂ ਸਾਰਿਆਂ ਨੂੰ ਕਿ ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਗੁਰਪੁਰਬ ਸੀਗਾ ਉਸ ਵੇਲੇ ਕੇਂਦਰ ਸਰਕਾਰ ਨੇ ਐਲਾਨ ਕੀਤਾ ਸੀਗਾ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਕਰਾਂਗੇ। ਹੋਰ ਇਹ ਵੀ ਗੱਲ ਦੱਸਣੀ ਜ਼ਰੂਰੀ ਹੈ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਆਰਟੀਕਲ 72 ਦੇ ਹੇਠ ਰਾਸ਼ਟਰਪਤੀ ਕੋਲ ਇਤਨੇ ਵਾਸਟ ਅਧਿਕਾਰ ਨੇ ਕਿ ਰਾਸ਼ਟਰਪਤੀ ਕਿਸੇ ਵੀ ਵਿਅਕਤੀ ਦੀ ਫਾਂਸੀ ਦੀ ਸਜ਼ਾ ਨੂੰ ਖਤਮ ਕਰ ਸਕਦਾ ਹੈ।
किसी भी व्यक्ति ने अगर उम्र कैद पूरी नहीं भी कट्टी उसनु रिहा कर सकता है। इस तरीके नाल सूबे का जिहड़ा गवर्नर है उहदे कोल आर्टिकल 161 दे हेठ बड़े वास्ट अधिकार ने कि वह गवर्नर भी किसी भी ऐसे उम्र कैद वाले दोषी नु रिहा कर सकता है। लेकिन सिखां दे वास्ते अज तक का इतिहास जे 47 तों वेख्या जाए तो ना तो आर्टिकल 72 की वरतों की गई है और ना ही 161 आर्टिकल की वरतों की गई है। जबकि साढ़े कोल ऐसे एविडेंसिस ने कि पंजाब दे विच हुणे रीसेंटली कैप्टन अमरिंदर सिंह की सरकार ने यह हुण दी मैं गल सुना रहा कैप्टन अमरिंदर सिंह की सरकार ने आर्टिकल 161 दे अंडर गवर्नर दे कोलों चार पुलिस मुलाजमान जिन्हों की उम्र कैद की सज़ा सुनाई गई सी वो जिन्हों ने कि सिखा के कतल किए थे झूठे मुकाबले किए थे उन्हें चार पुलिस मुलाजमान केवल तीन तीन चार चार साल की सजावं पूरी करने के बाद आर्टिकल 161 के अंडर उन्होंने रिहा करता गया। इतों स्पष्ट है कि भारत के संविधान दे विच इक्वैलिटी नाम का एलीमेंट नहीं है, इक्वैलिटी नाम की चीज़ नहीं हैगी कि बहुगिणती वास्ते या सिखां दे कातलां वास्ते संविधान दी धारावां जिहड़ियां ने वो कुछ होर ने। उन्हां वास्ते आर्टिकल 72 की वरतों भी की जाती है, आर्टिकल 161 की भी वरतों की जाती है। लेकिन जिस वेले बंदी सिंघां दी रिहाई की गल आती है तो अनाउंसमेंट करन दे बाद भी गुरु नानक पातशाह दे गुरपुरब उत्ते सिखां दे जज्बातां दे नाल खेडदे होए अनाउंसमेंट की जांदियां ने लेकिन उन्हां नूं रिहा नहीं किया जाता। ये बंदी सिंघां की एक कहानी है, बंदी सिंघां दे नाल इस प्रकार नाल वितकरा हो रहा है, भाव कहण दा कि सिख कौम दे नाल एक वितकरा किया जा रहा है। हुण असीं ये रिहाई मार्च क्यों कढ रहे हैं? ये पहली बार नहीं है कि रिहाई मार्च कढ़िया जा रहा है, इस तों पहलां भी जथेदार जगतार सिंह हवारा कमेटी अते बाकी पंथक जथेबंदियां जिन्हियां इत्थे बैठिया ने भाई बलबीर सिंह जी मुच्छल बैठे ने गुरु ग्रंथ साहिब सत्कार कमेटी तो इन्हां सारिया के सहयोगों के नाल पंजाब दियां वख वख जेलां दे बाहर धरने दिते गए सीगे होर प्रोटेस्ट किए गए सीगे। लेकिन इस सरकार दे उत्ते किसी प्रकार का भी कोई असर नहीं पिया। हुण क्योंकि 2022 दे विच चोणां ने असी अज इस थान तो ये ऐलान कर रहे हैं तो जिन्हिया भी पार्टियां सियासी पार्टियां चोण मैदान दे विच अपनी अपनी जोर अजमैश कर रही ने उन्होंने इस प्रेस कॉन्फ्रेंस के राही असी एक पैगाम दे रहे हैं, एक सुनेहा दे रहे हैं कि भाई पंजाब के भखते मुद्दों के विचों एक मुद्दा जिहड़ा है अहमियत जिहड़ा रखता बहुत अहमियत रखता है वो है बंदी सिंघां दी रिहाई का। तो चोण मैदान दे विच जिहड़ी जिहड़ी सियासी पार्टियां हैगियां ने उन्हां नूं भी असी अपना संदेश भेज रहे हैं, उन्हां नूं आगाह कर रहे हैं पंजाब दे लोकां दीआं भावनावां सिख कौम दीआं भावनावां बंदी सिंघां दे नाल जुड़ियां होईआं ने। होर अगर वह अपने चोण मनोरथां दे विच अगर वह इन्हां बंदी सिंघां दी रिहाई दे बारे अपनी आवाज़ बुलंद नहीं करदे, कौम दी आवाज़ दे नाल अपनी आवाज़ दा मेल नहीं करते फिर सन कौम नूं सोचना पएगा कि इन्हां चोण पार्टियां ये सियासी पार्टियां दा की हशर होना चाहिए है, एक कौम इनू विचारेगी। सो इस करके असी ये गल इस प्रेस कॉन्फ्रेंस दे राही असी राष्ट्रपति तक भी गल पहुँचा रहे हैं, गवर्नर नूं जा करके असी याद पत्र भी देंगे 11 जनवरी नूं क्योंकि 11 जनवरी जिहड़ा ये मार्च है खत्म जा करके चंडीगढ़ गवर्नर हाउस के लागे जा खत्म होगा उत्थे याद पत्र भी दिता जाएगा। और असी ये गल जिहड़ी है केंद्र सरकार नूं दस रहे हैं, सूबा सरकार नूं दस रहे हैं जिन्हां दे विच एक अहम जिहड़ी सरकार है वह हैगी है केजरीवाल दी सरकार क्योंकि प्रोफेसर दविंदर पाल सिंह दे केस दे विच हुण किसे प्रकार की कोई अड़चन नहीं है, गुरदीप सिंह खैड़ा दे केस विच किसे प्रकार की अड़चन नहीं है। हुण तक जिहड़े 9 बंदी सिंह ऐसे ने जिन्हां दे बारे बिल्कुल लाइन कानूनी तौर पर क्लीयर हो चुकी है किसी प्रकार का कोई अड़चन नहीं है गया। वो 9 सिंह जिहड़े ने उन्हां दे विच प्रोफेसर दविंदर पाल सिंह भुल्लर, प्रोफेसर गुरदीप सिंह जी खैड़ा अते
सत वह बंदी सिंह ने जेड़े कि बेअंत सिंह कांड दे विच इनवॉल्व सीगे। साडा सिर जिहड़ा है असीं जिन्नियां जत्थेबंदियां आईयां ने साडा सिर जिहड़ा है इन्हां कौम दे हीरियां दे सामने इन्हां कुरबानी करन वाले बंदी सिंघां दे अगे साडा सिर नतमस्तक हुंदा है। असीं अपना दर्द लै करके असीं अपनी एक आवाज़ लै करके अज प्रैस कॉन्फ्रेंस कर रहे हाँ और इस प्रैस कॉन्फ्रेंस की आवाज़ जिहड़ी है श्री नरेंद्र मोदी तक भी पहुँचनी चाहिए है, भारत के राष्ट्रपति तक भी पहुँचनी चाहिए है कि बंदी सिंघां दी रिहाई दे बारे किसी भी प्रकार की सियासी जथेबंदियां जिहड़ियां ने वह किसी प्रकार की कोई सियासत ना करन, साड़ियां भावनावां दे नाल ना खेडन। ये बंदी सिंह जिहड़े ने आण वापस असीं शांतमई जिहड़ा है एक रैली मार्च कढ़ांगे। वह शांतमई रैली जिहड़ी है वह एक डेमोक्रेटिक साडा राइट बनता है उस नूं वरतदे होए असीं ये रैली असीं ये मार्च जिहड़ा है 11 जनवरी नूं सवेरे 10 बजे गुरद्वारा ज्योति स्वरूप तो आरंभ करके चंडीगढ़ विखे समाप्त करांगे। वाहिगुरु जी का खालसा, वाहिगुरु जी की फतेह। ब्यूरो रिपोर्ट, सिख चैनल।